ਬਹੁਤ ਸੋਹਣਾ ਉਪਰਾਲਾ ਜੀ ਇਹ। ਜਿਸ ਤਰ੍ਹਾਂ ਬੇਟੀ ਨੇ ਇੱਕ ਪਿਤਾ ਦਾ ਐਕਸੈਪਟ ਉਹ ਚੈਲੰਜ ਜਿਹੜਾ ਐਕਸੈਪਟ ਕੀਤਾ ਕਿ ਤੁਸੀਂ ਦਿਹਾੜੀਆਂ ਕਰੋਗੇ, ਤੁਸੀਂ ਭੁੱਖੇ ਮਰੋਗੇ, ਤੁਸੀਂ ਮੇਰੇ ਪੈਰਾਂ 'ਤੇ ਡਿੱਗੋਗੇ। ਔਰ ਬੇਟੀ ਨੇ ਇੱਕ ਚੈਲੰਜ ਐਕਸੈਪਟ ਕਰਕੇ ਅਤੇ ਇੱਕ ਸਟਾਲ ਖੋਲ੍ਹਿਆ ਚਾਹ ਦਾ। ਅਤੇ ਬੇਟੀ ਦਾ ਸੁਪਨਾ ਵਾ ਕਿ ਮੈਂ ਇਸ ਸਟਾਲ ਨੂੰ ਇੱਕ ਬ੍ਰਾਂਡ ਬਣਾਵਾਂ ਔਰ ਮੈਂ ਕਿਸੇ ਕੈਫੇ ਹਾਊਸ ਤੱਕ ਪਹੁੰਚਾਂ। ਔਰ ਉਹਨਾਂ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ। ਜਿਹੜੇ ਬੱਚੇ ਕਹਿੰਦੇ ਕਿ ਇੱਥੇ ਕੁਛ ਹੈ ਨਹੀਂ ਗਾ, ਇੱਥੇ ਨੌਕਰੀਆਂ ਨਹੀਂ ਹੈਗੀਆਂ, ਇੱਥੇ ਬਿਜ਼ਨਸ ਨਹੀਂ ਹੈਗਾ, ਇਹ ਇੱਕ ਉਹਨਾਂ ਦੇ ਮੂੰਹ 'ਤੇ ਬਹੁਤ ਵੱਡਾ ਇੱਕ ਮਿਸਾਲ ਪੈਦਾ ਕੀਤੀ ਆ ਕਿ ਅਸੀਂ ਕੋਈ ਵੀ ਕੰਮ ਇੱਥੇ ਖੋਲ੍ਹ ਕੇ ਅਤੇ ਆਪਣੇ ਆਪ ਨੂੰ ਸਫਲ ਕਰ ਸਕਦੇ ਹਾਂ। ਅਤੇ ਉਸ ਪਿਓ ਦੇ ਮੂੰਹ ਦੇ ਵਿੱਚ ਬਹੁਤ ਵੱਡੀ ਥੱਪੜ ਆ, ਚਪੇੜ ਹੈ ਕਿ ਜਿਹੜਾ ਇਸ ਵੇਲੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜ਼ਰੂਰਤ ਸੀਗੇ ਅਤੇ ਇਹਨਾਂ ਨੂੰ ਛੱਡ ਗਿਆ। ਇਹ ਬੇਟੀ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਸੀ ਚਾਹ ਵਾਲੇ ਚਾਹ ਵਾਲੇ, ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੇਟੀ ਦਾ ਇੱਕ ਇਹੋ ਜਿਹਾ ਕੈਫੇ ਹਾਊਸ ਹੋਏਗਾ ਜਿਹਦੇ ਉੱਤੇ ਲੋਕ ਕਹਿਣਗੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ, ਸਾਡੇ ਬੱਚਿਆਂ ਨੂੰ ਥੋੜ੍ਹਾ ਕੰਮ ਸਿਖਾ ਦਿਓ। ਮੈਂ ਕਹਿੰਦਾ ਉਹ ਟਾਈਮ ਦੂਰ ਨਹੀਂ ਹੈਗਾ ਅਤੇ ਜਿਹੜੇ ਲੋਕ ਆ ਇਹਨਾਂ ਤਾਨੇ ਮਾਰਦੇ ਸੀ, ਮਿਹਣੇ ਮਾਰਦੇ ਸੀਗੇ, ਉਹ ਇਹਨਾਂ ਕੋਲ ਆ ਕੇ ਅਤੇ ਕੰਮ ਪੁੱਛਣਗੇ ਵੀ ਤੁਹਾਡਾ ਬਿਜ਼ਨਸ ਕਿੱਦਾਂ ਸਫਲ ਹੋਇਆ। ਕੀ ਦੱਸਿਆ ਪਿਤਾ ਜੀ ਕਿਉਂ ਘਟਿਆ ਇਹਨਾਂ 'ਚ? ਪਿਤਾ ਜੀ ਪਹਿਲਾਂ ਜਿਹੜੇ ਨਸ਼ਾ ਕਰਦੇ ਸੀਗੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਮਾਰ ਕੁਟਾਈ ਕਰਦੇ ਸੀ ਬੱਚਿਆਂ ਨੂੰ, ਘਰਦਿਆਂ ਨੂੰ, ਔਰ ਬਹੁਤ ਤਸ਼ੱਦਦ ਹੀ ਕਰਦੇ ਸੀਗੇ। ਅਤੇ ਜਦੋਂ ਇਹਨਾਂ ਨੂੰ ਛੱਡ ਕੇ ਚਲੇ ਗਏ ਨੇ ਅਤੇ ਇਹ ਅੱਜ ਕਿਰਾਏ ਦੇ ਮਕਾਨ 'ਤੇ ਰਹਿ ਰਹੇ ਨੇ ਅਤੇ ਅੱਜ ਜਿਸ ਤਰ੍ਹਾਂ ਇਹਨਾਂ ਨੇ ਸਟਾਰਟ ਕੀਤਾ ਚਾਹ ਦਾ ਕੰਮ, ਅਤੇ ਇਹਦੇ ਨਾਲ ਇਹ ਆ ਵੀ ਜੇ ਚਾਹ ਦਾ ਕੰਮ ਸਟਾਰਟ ਕੀਤਾ, ਕੋਈ ਵੀ ਲੋਕ ਕਹਿੰਦੇ ਕਿ ਚਾਹ ਦਾ ਕੰਮ ਬੁਰਾ ਹੁੰਦਾ ਜਾਂ ਚਾਹ ਵਾਲੇ ਆ ਜਾਂ ਇਹਨਾਂ ਨੂੰ ਤਾਨੇ ਮਾਰਦੇ ਨੇ, ਲੇਕਿਨ ਇਹ ਚਾਹ ਦੇ ਕੰਮ ਤੋਂ ਕੋਈ ਵੀ ਸਫਲ ਆਦਮੀ ਆ ਉਹਦੇ ਪਿੱਛੇ ਉਹਦੀ ਹਕੀਕਤ ਦੇਖੋ, ਉਹਦਾ ਕੰਮ ਹਮੇਸ਼ਾ ਜੀਰੋ ਤੋਂ, ਕੋਈ ਵੀ ਗਿਣਤੀ ਜਿਹੜੀ ਹੈ ਨਾ ਉਹ ਜੀਰੋ ਤੋਂ ਸਟਾਰਟ ਹੁੰਦੀ ਹੈ। ਹੇਠਲੇ ਲੈਵਲ ਤੋਂ ਕੰਮ ਜਿਹੜਾ ਸਟਾਰਟ ਕੀਤਾ ਜਾਵੇ, ਉੱਪਰਲੇ ਲੈਵਲ ਤੱਕ ਪਹੁੰਚਦਿਆਂ ਪਹੁੰਚਦਿਆਂ ਉਹਨੂੰ ਚਾਰ ਚੰਨ ਲੱਗਦੇ ਨੇ, ਤੁਸੀਂ ਆਉਣ ਵਾਲੇ ਟਾਈਮ ਦੇਖਿਓ ਇਹਦਾ ਕੰਮ ਕਿੱਥੇ ਪਹੁੰਚਦਾ ਜੀ। ਸੁਨੇਹਾ ਜੀ ਇਹ ਜਿਹੜੇ ਬੱਚੇ ਅੱਜ ਕੱਲ੍ਹ ਖਾਸ ਕਰਕੇ ਜਿਹੜੇ ਕਹਿੰਦੇ ਕਿ ਅਸੀਂ ਕੁਛ ਕਰ ਨਹੀਂ ਸਕਦੇ, ਸਾਡੇ ਕੋਲ ਹੋਣਾ ਕੁਛ ਨਹੀਂ, ਇਹ ਬੱਚੀ ਵੱਲ ਵੇਖ ਕੇ ਕੁਛ ਸਿੱਖੋ ਕਿ ਜੇ ਬੱਚੀ ਨੇ ਅੱਜ ਐਡਾ ਵੱਡਾ ਚੈਲੰਜ ਲੈ ਲਿਆ ਵਾ ਵੀ ਮੈਂ ਕੁਛ ਬਣ ਕੇ ਵਿਖਾਉਣਾ, ਮੈਂ ਟੀ ਸਟਾਲ ਖੋਲ੍ਹ ਕੇ ਲੋਕਾਂ ਨੂੰ ਇੱਕ ਨਵੀਂ ਸੇਧ ਦੇਣੀ ਆ, ਇਹਦੇ ਵੱਲ ਵੇਖ ਕੇ ਇਹ ਬੱਚੀ ਦੀ ਕੁਛ ਲੈ ਕੇ ਸਿੱਖੋ ਔਰ ਆਪਣੀ ਪੜ੍ਹਾਈ ਨਾ ਛੱਡੋ। ਮੈਂ ਬੱਚੀ ਨੂੰ ਵੀ ਕਹਾਂਗਾ ਕਿ ਆਪਣੀ ਪੜ੍ਹਾਈ ਆਪਣੀ ਵੀ ਨਹੀਂ ਛੱਡਣੀ ਅਤੇ ਭਰਾ ਦੀ ਵੀ ਨਹੀਂ ਛੱਡਣੀ, ਪੜ੍ਹਾਈ ਨਾਲ ਨਾਲ ਕੰਪਲੀਟ ਕਰਨੀ ਆ ਔਰ ਜਿਹੜਾ ਸਟਾਲ ਹੈ ਵੀ ਚੱਲਦਾ ਜਾਵੇ। ਅਤੇ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਆ ਜਿਹੜੇ ਭੈਣ ਭਰਾ ਦੀ ਸਪੋਰਟ ਕਰਨੀ ਚਾਹੁੰਦੇ ਆ, ਉਹ ਜਦੋਂ ਆਉਂਦੇ ਜਾਂਦੇ ਆ ਅੰਮ੍ਰਿਤਸਰ ਆਉਂਦਿਆਂ ਹੋਇਆਂ ਇਹਦੇ ਸਟਾਲ ਦੇ ਉੱਤੇ ਖਲੋ ਕੇ ਚਾਹ ਪੀ ਕੇ ਜਾਣ ਔਰ ਭੈਣ ਨੂੰ ਹੌਸਲਾ ਦੇਣ, ਇਹ ਬੇਟੀ ਨੂੰ ਵੀ ਹੌਸਲਾ ਦੇਣ, ਇੱਥੇ ਆ ਕੇ ਜਦੋਂ ਆਪਾਂ ਚਾਹ ਦਾ ਕੱਪ ਪੀਵਾਂਗੇ ਇਹ ਬੇਟੀ ਨੂੰ ਇੱਕ ਹੌਸਲਾ ਮਿਲ ਜਾਏਗਾ। ਜਿਹੜਾ ਨਾਮ ਜੀ ਤੁਹਾਡਾ? ਕੋਮਲਪ੍ਰੀਤ ਕੌਰ, 17 ਸਾਲ। ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਚੜ੍ਹਤਾ ਅਤੇ ਮੰਮਾ ਮੇਰੇ ਕੰਮ ਨਹੀਂ ਨਾ ਜ਼ਿਆਦਾ ਕਰ ਸਕਦੇ, ਸੋ ਦੈਟਸ ਦਾ ਤਾਂ ਕਰਕੇ ਲਾਉਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ। ਕੀ ਕਰਦੇ ਸੀ ਪਿਤਾ ਜੀ ਤੁਹਾਡੇ? ਨਸ਼ਾ ਕਰਦੇ, ਛੱਡਤਾ ਸੀ ਸਾਨੂੰ। ਹਾਂਜੀ, ਕਿੰਨੇ ਮਾੜੇ ਹਾਲਾਤਾਂ 'ਚ ਰਹੇ ਹਾਲਾਤ ਤਾਂ ਵੀਰ ਜੀ ਬਹੁਤ ਜ਼ਿਆਦਾ ਮਾੜੇ ਨੇ, ਬਹੁਤ ਜ਼ਿਆਦਾ, ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ। ਸਰ ਉਹ ਨਾਂ ਦਾ ਹੀ ਪਿਤਾ ਵਾ, ਉੱਦਾਂ ਨਹੀਂ ਹੈਗਾ ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਉਹ ਕਦੇ ਬੱਚਿਆਂ ਨੂੰ ਧੱਕਾ ਨਹੀਂ ਦਿੰਦਾ, ਚਲੋ ਬੱਚਿਆਂ ਨੂੰ ਕਿ ਆਪਣੀ ਘਰ ਵਾਲੀ ਨੂੰ ਉਹਨੇ ਧੱਕਾ ਦਿੰਦਾ, ਚਲੋ ਜੇ ਧੱਕਾ ਦਿੱਤਾ ਵਾ ਬਾਬਾ ਜੀ ਨੇ ਸਾਨੂੰ ਆਪਣਾ ਦਰ ਦਿੱਤਾ ਸੀ, ਪਰਮਾਤਮਾ ਨੇ ਆਪਣਾ ਪਿਓ ਮੰਨਿਆ, ਉਹਨੇ ਆਪਣੀ ਮਾਂ ਮੰਨਿਆ, ਜਦ ਕਿ ਸਾਡੇ ਕੋਲ ਮਾਂ ਪਿਓ ਸਾਡਾ ਮੇਰੀ ਮਾਂ ਹੈਗੀ ਆ। ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਰਹੇ? ਹਾਲਾਤ ਵੀਰ ਜੀ ਬਹੁਤ ਜ਼ਿਆਦਾ ਮਾੜੇ ਸੀ,
ਦਿਹਾੜੀਆਂ ਕਰਨੀਆਂ, ਲੋਕਾਂ ਦੇ ਘਰਾਂ ਦੇ ਕੰਮ ਕਰਨੇ, ਮੱਝਾਂ ਦੀਆਂ ਧਾਰਾਂ ਚੋਣੀਆਂ। ਕਦੇ ਸੋਚਿਆ ਨਹੀਂ ਕਿ ਮੰਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿਮੀਂਦਾਰਾਂ ਦੀ ਧੀ ਹੋ ਕੇ ਇਹ ਕੰਮ ਕਰਨੇ ਪੈਣਗੇ। ਹਾਂਜੀ, ਪਲੱਸ ਟੂ ਕਲਾਸ ਨਹੀਂ, ਸਾਰਿਆਂ ਨੇ ਛੱਡ ਦਿੱਤਾ ਸੀ। ਸਾਰੇ ਆਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੇੜੀ ਲਾ ਲਈ ਆ, ਸਾਡੀ ਬੇਇੱਜ਼ਤੀ ਕਰਾਤੀ ਆ, ਸਾਨੂੰ ਇੱਦਾਂ ਕਰਾਤਾ, ਸਾਨੂੰ ਉੱਦਾਂ ਕਰਾਤਾ ਵਾ। ਭਾਈ ਸਾਡੀ ਹੁਣ ਰੇੜੀ ਆ, ਕੁਛ ਟਾਈਮ ਬਾਅਦ ਜਿਸ ਦਿਨ ਕੈਫੇ ਜਾ, ਮੇਰਾ ਲਾਸਟ ਡਰੀਮ ਇਹੀ ਆ ਇਹਨੂੰ ਬ੍ਰਾਂਡ ਬਣਾਉਣਾ, ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ। ਸੋ ਮੋਸਟ ਵੈਲਕਮ ਮੇਰੇ ਬ੍ਰਾਂਡ 'ਚ, ਤੁਹਾਡਾ ਰਿਸ਼ਤੇਦਾਰ ਉੱਤੇ ਮੇਰੇ ਕੈਫੇ 'ਚ। ਉਦੋਂ ਆਇਆ ਜਦੋਂ ਬ੍ਰਾਂਡ ਬਣ ਗਿਆ, ਪਹਿਲਾਂ ਮੇਰੇ ਘਰ ਨਾ ਆਇਓ। ਜਿੱਥੇ ਤੁਸੀਂ ਪੜ੍ਹਦੇ ਹੋ ਉਹਨਾਂ ਫਰੈਂਡਸ ਤੁਹਾਡੀਆਂ ਨੇ, ਸਹੇਲੀਆਂ ਤੁਹਾਡੀਆਂ ਨੇ, ਕੀ ਮਤਲਬ ਮੋਟੀਵੇਟ ਨਹੀਂ ਕਿਸੇ ਨੇ ਕੀਤਾ, ਡੀਮੋਟੀਵੇਟ ਕੀਤਾ ਕਿ ਤੁਸੀਂ ਚਾਹ ਵਾਲੇ ਹੋ, ਬਟ ਆਈ ਡੋਂਟ ਆ ਕੇਅਰ ਬਿਕੋਜ਼ ਤਾਨੇ ਮੀਨੇ ਮੱਝਦੇ ਰਹਿੰਦੇ ਨੇ, ਤਾਂ ਬੰਦਾ ਸੰਭਲਦਾ, ਕਿਉਂਕਿ ਘਿਓ ਨਾਲ ਜਾਂ ਬਦਾਮਾਂ ਨਕਲ ਨਹੀਂ ਆਉਂਦੀ ਹੈਗੀ, ਆਉਂਦਾ ਠੋਕਰਾਂ ਨਾਲ ਅਤੇ ਮੀਣਿਆਂ ਨਾਲ ਆਉਂਦੀ ਆ। ਚਲੋ ਥੈਂਕਸ ਜਿਨ੍ਹਾਂ ਨੇ ਮੈਨੂੰ ਤਾਨੇ ਮਾਰੇ ਨੇ, ਆਈ ਐਮ ਸੋ ਸਟਰੋਂਗ। ਅਤੇ ਤਾਂ ਮੇਰੀ ਆਹ ਚੀਜ਼, ਮੇਰਾ ਬ੍ਰਾਂਡ, ਮੇਰੇ ਕੋਲ ਛੋਟੀ ਜਿਹੀ ਇੱਕ ਰੇਹੜੀ ਆ, ਇਹੀ ਸਮਝ ਲਓ ਮੇਰਾ ਬ੍ਰਾਂਡ ਆ। ਕੁਛ ਟਾਈਮ ਲੱਗੂਗਾ ਇਹਨੂੰ ਅੱਗੇ ਅੱਗੇ ਵਧਾਉਣ 'ਤੇ, ਸੋ ਸਟੈਪ ਬਾਏ ਸਟੈਪ ਹਰ ਇੱਕ ਚੀਜ਼ ਵੱਧਦੀ ਆ। ਸੁਪਨਾ ਤਾਂ ਇਹੀ ਆ ਕਿ ਕੋਮਲ ਸਤਿਗੁਰੂ ਨੂੰ, ਟੀ ਸਟਾਲ ਨੂੰ ਅੱਗੇ ਵਧਾਉਣਾ ਵਾ। ਮੈਂ ਐਡ ਔਨ ਚੀਜ਼ਾਂ ਕਰੂੰਗੀ ਨਾਲ ਨਾਲ, ਕਿਉਂਕਿ ਇਕੱਲੀ ਚਾਹ ਨਾਲ ਕੰਮ 'ਚ ਸਰਨਾ, ਹਰ ਇੱਕ ਬ੍ਰਾਂਡ 'ਚ ਆਪਸ਼ਨਸ ਹੁੰਦੀਆਂ ਨੇ, ਮੈਂ ਵੀ ਆਪਸ਼ਨਸ ਰੱਖੂੰਗੀ ਅਤੇ ਬਾਕੀ ਕੰਮ ਆਪਾਂ ਚਲਾਵਾਂਗੇ ਸਟੈਪ ਬਾਏ ਸਟੈਪ। 9501054706, 9501054706, 9501054706 ਵਿਦ ਦਾ ਗੂਗਲ ਪੇ ਐਂਡ ਨਾਮ ਕੋਮਲਪ੍ਰੀਤ ਕੌਰ। ਐਡਰੈਸ ਮੇਰਾ ਵਾ ਅੰਮ੍ਰਿਤਸਰ, ਜਲੰਧਰ ਰੋਡ, ਸ਼ਹੀਦ ਦਰਸ਼ਨ ਫੇਰੂਮਨ ਪਬਲਿਕ ਸਕੂਲ ਤੋਂ ਸਾਹਮਣੇ ਆ ਸਤਿਗੁਰੂ ਟੀ ਸਟਾਲ। ਟਾਈਮਿੰਗ ਮੋਰਨਿੰਗ 6 ਵਜੇ ਤੋਂ ਸ਼ਾਮ ਦੇ 6:30 ਵਜੇ ਤੱਕ।